ਫੈਮਲੀ ਦੂਜੀ 'ਚ ਮੂਸਲਿਆਂ 'ਚ ਪਸਾਤੀ ਜਾ ਕੇ ਮੇਰੀ ਬੇਟੀ, ਜੀ ਠੀਕ ਆ। ਉੱਥੇ ਜਾ ਕੇ ਇਹਨਾਂ ਨੇ ਮੇਰੀ ਬੇਟੀ ਵੇਚਤੀ ਆ 2.5 ਲੱਖ 'ਚ। ਬੇਟੀ ਨੂੰ ਉੱਧਰ ਮਾਰ ਦੇਣਗੇ, ਮੇਰੀ ਬੇਟੀ ਬੁਲਾਈ ਜਾਵੇ, ਮੇਰੀ ਹੱਥ ਬੰਨ ਕੇ ਬੇਨਤੀ ਆ ਸਾਰੇ ਵੀਰਾਂ ਨੂੰ। ਅੱਜ ਸਾਡੇ ਮੀਡੀਆ ਨਾਲ ਰੂਬਰੂ ਹੋਈ ਸੁੱਖੀ ਨਾਮ ਦੀ ਔਰਤ ਜੋ ਕਿ ਧਨੌਲਾ ਰੋਡ ਵਿਖੇ ਰਹਿ ਰਹੀ ਹੈ, ਦੱਸਿਆ ਕਿ ਪਿਛਲੇ ਕੁਝ ਸਮੇਂ ਪਹਿਲਾਂ ਮੇਰੀ ਸਕੀ ਭਰਜਾਈ ਨੇ ਮੇਰੀ ਕੁੜੀ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਬਾਹਰ ਭੇਜ ਦਿੱਤਾ ਤੇ ਹੋਰ ਵੀ ਕਈ ਕੁੜੀਆਂ ਨੂੰ ਬਾਹਰ ਭੇਜ ਚੁੱਕੀ ਹੈ ਮੇਰੀ ਭਰਜਾਈ। ਜਦੋਂ ਮੇਰੀ ਕੁੜੀ ਨਾਲ ਵਟਸਐਪ ਤੇ ਮੇਰੀ ਗੱਲ ਹੋਈ ਤਾਂ ਉਸ ਵੱਲੋਂ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਇਹ ਮੁਲਕ ਵਿੱਚ ਮੇਰੇ ਨਾਲ ਬਹੁਤ ਬਦਤਰ ਸਲੂਕ ਹੋ ਰਿਹਾ ਹੈ, ਜਿਸ ਕਰਕੇ ਮੈਂ ਆਪਣੇ ਮੁਲਕ ਇੰਡੀਆ ਵਾਪਿਸ ਆਉਣਾ ਚਾਹੁੰਦੀ ਹਾਂ। ਜਦੋਂ ਇਸ ਸੰਬੰਧੀ ਮੈਂ ਆਪਣੀ ਭਰਜਾਈ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਬਾਹਰਲੇ ਏਜੰਟ ਘੱਟੋ ਘੱਟ 2-3 ਲੱਖ ਦੇ ਕਰੀਬ ਲੈਣਗੇ, ਫਿਰ ਤੁਹਾਡੀ ਕੁੜੀ ਵਾਪਸ ਆ ਜਾਵੇਗੀ। ਜਦੋਂ ਇਸ ਸੰਬੰਧੀ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਵਾਪਸ ਬੁਲਾਉਣ ਲਈ ਗੱਲ ਕੀਤੀ ਤਾਂ ਭਰਜਾਈ ਵੱਲੋਂ ਕਿਹਾ ਗਿਆ ਕਿ ਮੈਨੂੰ ਕਿਸੇ ਰਿਸ਼ਤੇਦਾਰ ਤੇ ਪ੍ਰਸ਼ਾਸਨ ਦਾ ਡਰ ਨਹੀਂ, ਮੈਨੂੰ ਪੈਸੇ ਦਿਓ ਤੇ ਮੈਂ ਤੁਹਾਡੀ ਕੁੜੀ ਵਾਪਸ ਬੁਲਾ ਦੇਵਾਂਗੀ। ਰੋ ਰੋ ਕੇ ਆਪਣੀ ਹੱਡ ਬੀਤੀ ਦੱਸੀ ਵਿਧਵਾ ਪੀੜਤ ਔਰਤ ਸੁਖੀ। ਸੁਖੀ ਸਰ ਜੀ, ਕਿਹੜਾ ਪਿੰਡ ਆਪਣਾ? ਧਨੌਲਾ ਰੋਡ ਸਰ, ਇੱਥੇ ਬਰਨਾਲਾ ਜੀ। ਧਨੌਲਾ, ਹਾਂਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਜੀ, ਇੱਦਾਂ ਸਮੱਸਿਆ ਮੈਨੂੰ ਇਸ ਵਾਰੀ, ਮੇਰੀ ਬੇਟੀ ਅਮਾਨ ਦੇ ਵਿੱਚ ਗਈ ਸੀ, ਸਿਮਰਨ ਕੌਰ ਲੈ ਕੇ ਗਈ ਸੀ ਸਾਡੀ ਭਰਜਾਈ, ਠੀਕ ਆ। ਉੱਥੇ ਜਾ ਕੇ ਇਹਨਾਂ ਨੇ ਮੇਰੀ ਬੇਟੀ ਵੇਚਤੀ ਆ 2.5 ਲੱਖ 'ਚ, ਠੀਕ ਆ। ਤੁਸੀਂ ਨਾਮ ਲੈ ਰਹੇ ਹੋ ਸਿਮਰਨਜੀਤ ਕੌਰ ਦਾ, ਇਹ ਕੌਣ ਨੇ ਜੀ? ਇਹ ਮੇਰੀ ਭਰਜਾਈ ਆ ਸਰ, ਸਕੀ ਭਰਜਾਈ ਮੇਰੀ। ਕਿੱਥੇ ਰਹਿੰਦੇ ਨੇ ਇਹ ਸਰ ਜੀ? ਹੁਣ ਇਹ ਮਲਸਿੰਘਾਂ ਸੋਹਲ ਖਾਲਸੇ ਰਹਿ ਰਹੀ ਆ, ਇਹਦੀ ਮਾਂ ਨੂੰ ਪਤਾ ਆ ਤੇ ਇਹਦੀ ਭੈਣ ਨੂੰ ਪਤਾ ਆ, ਸਰਜੀਤ ਨੂੰ ਪਤਾ ਆ ਤੇ ਇਹਦੀ ਮੰਮੀ ਨੂੰ ਪਤਾ ਆ, ਠੀਕ ਆ, ਅਤੇ ਦੀਪੇ ਨੂੰ ਪਤਾ ਆ, ਇਹਦੇ ਜੀਜੇ ਨੂੰ, ਨੰਦੂ ਦਾ ਡੈਡੀ ਆ ਦੀਪਾ ਮਲਸਿੰਘਾਂ ਤੋਂ, ਠੀਕ ਆ, ਜਿਨ੍ਹਾਂ ਨੂੰ ਸਰ ਜੀ ਮੈਂ 70,000 ਰੁਪਇਆ ਦਿੱਤਾ ਆ, ਇਹਦੀ ਮੰਮੀ ਨੂੰ ਅਤੇ ਦੀਪਾ ਦੀਪਾ ਨਾਲ ਲੈ ਕੇ ਆਇਆ ਸੀ ਆਪਣੀ ਸੱਸ ਨੂੰ, ਇਹਨਾਂ ਨੂੰ ਮੈਂ 70,000 ਜਦੋਂ ਰੁਪਇਆ ਫੜਾਇਆ ਨਾ ਤਾਂ ਇਹਨਾਂ ਨੂੰ ਮੈਂ ਇਹੀ ਗੱਲ ਕਹੀ, ਮੈਂ ਕਿਹਾ ਹੁਣ ਮੇਰੇ ਨਾਲ ਕੋਈ ਬੇਈਮਾਨੀ ਨਾ ਕਰਿਓ। ਕਹਿੰਦੇ ਕੋਈ ਨਹੀਂ, ਅਤੇ ਮੇਰੀ ਬੇਟੀ ਨੂੰ ਸਿਮਰਨ ਕੌਰ ਨੇ ਬਾਹਰੋਂ ਫੋਨ ਕੀਤਾ ਆ, ਠੀਕ ਆ, ਉਹ ਕਹਿੰਦੀ ਹਾਂਜੀ 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 ਸਰ, ਇਹ ਬਾਹਰ ਭੇਜਿਆ ਮੇਰੀ ਬੇਟੀ ਨੂੰ, ਇਹਨਾਂ ਨੇ ਲਿਆ ਮੇਰੇ ਤੋਂ 70,000 ਰੁਪਇਆ, ਠੀਕ ਆ। ਬਾਕੀ ਮੇਰੇ ਤੋਂ ਸਟਾਮ ਵੀ ਹੈਗਾ, ਮੇਰੇ ਤੋਂ ਪਰੂਫ ਆ ਸਾਰੇ, ਜਦੋਂ ਮੈਂ ਇਹਨਾਂ ਨੂੰ 70,000 ਰੁਪਇਆ ਦਿੱਤਾ ਆ, ਜਿੱਥੋਂ ਮੈਂ ਬਿਆਜੂ 'ਚ, ਇੱਥੋਂ ਦੇ ਬਰਨਾਲੇ ਦਾ ਬਣਾਇਆ ਹੋਇਆ, ਅਤੇ ਜਦੋਂ ਮੈਂ ਬਿਆਜੂ ਪੈਸੇ ਜਿਹਤੋਂ ਲੈ ਕੇ ਦਿੱਤੇ ਹੈਗੇ, ਉਹ ਵੀ ਮੇਰੇ ਕੋਲ ਸਾਰੇ ਪਰੂਫ ਹੈਗੇ ਆ ਸਰ। ਪਰ ਸਰ ਜਦੋਂ ਮੈਂ ਹੁਣ ਉਹਨੂੰ ਫੋਨ ਕੀਤਾ ਨਾ, ਇਹਦੀ ਮੰਮੀ ਹੁਣੀ ਇੱਥੇ ਪੇਸ਼ ਹੋਏ ਆ, ਉਹ ਕਹਿੰਦੇ ਤੁਸੀਂ ਸਾਨੂੰ ਜਾਣ ਕੇ ਝੂਠ ਬੋਲਦੇ ਹਾਂ, ਕੋਈ ਇੱਦਾਂ ਦੀ ਗੱਲਬਾਤ ਨਹੀਂ, ਅਤੇ ਤੁਸੀਂ 2.5 ਲੱਖ ਰੁਪਇਆ ਦੇ ਦਿਓ ਅਤੇ ਅਸੀਂ ਤੁਹਾਡੀ ਬੇਟੀ ਇੰਡੀਆ ਭੇਜ ਦਿੰਦੇ ਨੇ। ਵੀ ਘਰ ਦੇ ਕੰਮ ਲਈ ਭੇਜਿਆ ਸੀ, ਮੈਂ ਪੰਜਾਬੀ ਫੈਮਿਲੀ 'ਚ ਭੇਜੂੰਗਾ ਬੇਟੀ ਨੂੰ, ਵੀ ਵਧੀਆ ਕੰਮ ਹੋਊਗਾ ਐਡੀ ਨੇ, ਅਤੇ ਇਹਨਾਂ ਨੇ ਜਾ ਕੇ ਉੱਥੇ ਵੀ ਉਹਨਾਂ ਦੇ ਵਿੱਚ ਫੈਮਿਲੀ ਦੂਜੀ 'ਚ ਮੁਸਲਿਆਂ 'ਚ ਫਸਾਤੀ ਜਾ ਕੇ ਮੇਰੀ ਬੇਟੀ, ਜਿਹੜੇ ਮੇਰੀ ਬੇਟੀ ਨੂੰ ਸਾਹ ਨਹੀਂ ਲੈਣ ਦਿੰਦੇ, ਨਾ ਗੱਲ ਕਰਨ ਦਿੰਦੇ ਆ, ਨਾ ਕੋਈ ਖਾਣਾ ਪੀਣਾ ਚੱਜ ਨਾ ਦਿੰਦੇ ਆ। ਹਾਂਜੀ, ਮੇਰੀ ਬੇਟੀ ਦਾ ਡਿਵੋਰਸ ਹੋਇਆ, 6 ਸਾਲ ਹੋ ਗਏ ਮੇਰੀ ਬੇਟੀ ਨੂੰ ਘਰੇ ਬੈਠੀ ਨੂੰ, ਠੀਕ ਆ। ਉਹਦਾ 6 ਸਾਲ ਦਾ ਬੇਟਾ ਆ ਮੇਰੇ ਕੋਲ ਰਹਿ ਰਿਹਾ, ਉਹਦਾ ਬੇਟਾ ਛੋਟਾ ਜਿਹਾ ਬੱਚਾ ਆ, ਉਹਦਾ ਤੜਫਦਾ ਆ, ਠੀਕ ਆ। ਮੇਰੀ ਕਿਤੇ ਵੀ ਸੁਣਵਾਈ ਨਹੀਂ, ਗੱਲਬਾਤ ਨਹੀਂ ਮੇਰੀ ਚੱਲ ਰਹੀ, ਉਹ ਪੇਸ਼ ਨਹੀਂ ਹੋ ਰਹੀ, ਜਨਾਨੀ ਚੋਰੀ ਚੋਰੀ ਬਾਹਰ ਨਿਕਲ ਗਈ। ਮੇਰੀ ਹੱਥ ਬੰਨ ਕੇ ਬੇਨਤੀ ਆ ਵੀ ਇੱਧਰ ਇਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪੇਸ਼ ਹੋ ਜਾਵੇ ਇੱਧਰ ਆ ਕੇ ਇੱਕ ਵਾਰੀ, ਇਹਨਾਂ 'ਤੇ 3-4 'ਤੇ ਕਾਰਵਾਈ ਹੋਵੇ, ਠੀਕ ਆ। ਮੇਰੀ ਬੇਟੀ ਇੱਧਰ ਇੰਡੀਆ ਬੁਲਾਈ ਜਾਵੇ, ਮੈਂ ਤਾਂ ਗਰੀਬਣੀ ਮਾਤੜ ਕਿਰਾਏ 'ਤੇ ਰਹਿੰਦੀ ਹਾਂ, ਵਿਧਵਾ ਜਨਾਨੀ ਹਾਂ ਮੈਂ, ਠੀਕ ਆ। ਮੇਰੇ ਅੱਗੇ ਪਿੱਛੇ ਵੀ ਕੋਈ ਹੈ ਨਹੀਂ ਗਾ, ਅਤੇ ਮੈਂ ਕਿੱਥੋਂ ਆਪਣੀ ਬੇਟੀ ਦਾ 3 ਲੱਖ ਰੁਪਈਆ ਭਰ ਕੇ ਲਿਆ ਕੇ ਆਊਂਗੀ, ਠੀਕ ਆ। ਮੈਨੂੰ ਕੁਛ ਨਹੀਂ ਪਤਾ ਲੱਗਦਾ ਸਰ, ਮੈਂ ਬਹੁਤ ਪਰੇਸ਼ਾਨ ਹਾਂ, ਮੇਰੀ ਬੇਟੀ ਨੂੰ ਉੱਧਰ ਮਾਰ ਦੇਣਗੇ, ਮੇਰੀ ਬੇਟੀ ਬੁਲਾਈ ਜਾਵੇ, ਮੇਰੀ ਹੱਥ ਬੰਨ ਕੇ ਬੇਨਤੀ ਆ ਸਾਰੇ ਵੀਰਾਂ ਨੂੰ, ਠੀਕ ਆ। ਪ੍ਰਸ਼ਾਸਨ ਵੱਲੋਂ ਕੀ ਕਹਿਣਾ? ਉਹਨਾਂ ਨੇ ਸਰ ਜੀ ਅੱਜ ਦਾ ਟਾਈਮ ਲਿਆ ਆ,
ਉਹ ਕਹਿੰਦੇ ਵੀ ਜੇ ਨਾ ਪੇਚੋ ਫਿਰ ਅਸੀਂ ਆਪਦੀ ਜਿਹੜੀ ਕਾਰਵਾਈ ਆ ਕਰ ਦਾਂਗੇ। ਪੁਲਿਸ ਵਾਲਿਆਂ ਨੇ ਮੇਰੀ ਹੈਲਪ ਕੀਤੀ ਆ ਬਹੁਤ ਜ਼ਿਆਦੀ ਵੀਰਾਂ ਜੀ, ਹਾਂਜੀ ਸਾਰੇ ਇਹਨਾਂ ਨੇ ਕਿਡਨੈਪ ਕੀਤੀ ਹੋਈ ਆ ਮੇਰੀ ਬੇਟੀ, ਪੂਰਾ ਮੈਨੂੰ ਭਰੋਸਾ ਆ। ਜਿੱਦਾਂ ਬੇਟੀ ਕਿਤੇ ਜਦੋਂ ਰਿਕਾਰਡਿੰਗਾਂ ਪਾਉਂਦੀ ਆ ਫਿਰ ਉਹ ਫੋਨ ਫੜ ਲੈਂਦੇ ਬੇਟੀ ਤੋਂ, ਮੇਰੇ ਕੋਲ ਰਿਕਾਰਡਿੰਗਾਂ ਵੀ, ਉਹ ਆਪ ਫੋਨ ਕਰਦੀ ਆ ਮੈਡਮ ਆ ਜਿਹੜੀ, ਠੀਕ ਆ, ਰਿਕਾਰਡਿੰਗਾਂ ਕਰ ਕਰ ਸਾਨੂੰ ਭੇਜਦੀ ਆ। ਮੇਰੇ ਕੋਲ ਸਾਰੇ ਪ੍ਰੂਫ ਆ ਸਰ ਜੀ, ਠੀਕ ਜੀ, ਹਾਂਜੀ। ਉਹ ਬਹੁਤ ਕੁੜੀਆਂ ਭੇਜ ਚੁੱਕੀ ਆ, ਉਹ ਕਹਿੰਦੀ ਮੈਂ ਬਹੁਤ ਦੇ ਕੁੜੀਆਂ ਭੇਜੀਆਂ ਆ, ਵੀ ਹੁਣ ਸਾਨੂੰ ਇਹ ਨਹੀਂ ਪਤਾ ਉਹਨੇ ਕਿੱਥੋਂ ਕਿੱਥੋਂ ਕੁੜੀਆਂ ਭੇਜੀਆਂ, ਕਿਹਦੇ ਨਾਲ ਧੋਖਾ ਕੀਤਾ ਆ, ਠੀਕ ਆ, ਪਤਾ ਨਹੀਂ ਕਿਹੜੀਆਂ ਕਿਹੜੀਆਂ ਇਹਨੇ ਪਸਾਈਆਂ ਆਉਣੀਆਂ। ਜਿੱਦਾਂ ਮੇਰੀ ਭਰਜਾਈ ਹੋ ਕੇ ਮੇਰੇ ਨਾਲ ਬੇਈਮਾਨੀ ਕਰ ਸਕਦੀ, ਉਹ ਕਿਸੇ ਦੀ ਕੀ ਸਕੀ ਆ, ਠੀਕ ਆ। ਇਹ ਤਾਂ ਸਰ ਮੇਰੀ ਹੱਥ ਬੰਨ ਕੇ ਬੇਨਤੀ ਆ ਵੀ ਜਿਹੜੀ ਇਹ ਕਾਰਵਾਈ ਆ ਇਹਦੇ 'ਤੇ ਕੀਤੀ ਜਾਵੇ, ਇਹ ਇੱਥੇ ਇੰਡੀਆ ਬੁਲਾਈ ਜਾਵੇ, ਮੇਰੀ ਬੇਟੀ ਕਢਾਈ ਜਾਵੇ, ਇਨਸਾਫ, ਮੈਨੂੰ ਇਨਸਾਫ ਦੀ ਮੈਂ ਮੰਗ ਕਰਦੀ ਹਾਂ, ਮੇਰੀ ਬੇਟੀ ਇੱਧਰ ਆ ਜਾਵੇ, ਵੀ ਮੈਨੂੰ ਹੋਰ ਕੁਛ ਨਹੀਂ ਚਾਹੀਦਾ।